चपेट चंगा भला व्याता की ਕੀ ਕਰ ਰਹਾ ਹੈ ਤਾ ਓਏ ਅੰਦਰ ਮੈਂ ਕਤਲ ਕਰ ਰਹਾ ਹਾਂ ਨਹੀਂ ਕੀ ਇਹ ਕੰਮ ਹੈ ਨਾ ਘਰ ਕਿਉਂ ਨਹੀਂ ਇਹ ਕੰਮ ਕਰਦੇ ਉਹ ਕੀ ਕੀਤਾ ਕੀ ਅੰਦਰ ਘਰ ਕੀ ਰਿਹਾ ਬੱਚਾ ਕੰਮ ਕਰ ਜੱਤਾ ਕੀ ਚੁੱਕੇ ਚੁੱਕੇ ਅੰਦਰ ਅੰਦਰ ਕੀ ਕੀਤਾ ਯਾਰ ਲਿਆ ਬਾਹਰ ਲਿਆ ਰਹਾ ਉਹਨੇ ਕੋਈ ਨਹੀਂ ਨਾ ਚੁੱਕਿਆ ਜਾਂਦਾ ਓਕੇ दूर तो नहीं सुट के आया सत्तर साल हो गए यादगार खलोते किने बनाया मैं लोड़ दा शाही किला बनाया चबला गया केड़ी गो मैं ते भाजी अपनी दुकान ते सेल लाती आटे दी अच्छा जी 750 रुपया किलो आटा 750 दा किलो जी बेड़े तेरी बुड्ढी करके देगी लगने भी तो तेरी मां दी तंदूरी च ने कट्टा का मां अपने अब्बे दीयां सीखां नाल चलो असि अपने दादे दा रहता पढ़ा देंगे गरमाला फेर दें मांजीरी मावा रिश्ते नहीं बनाई दे तू मामा लगेगा ट्रक आया सारे भैन निकल गया मेनू डॉक्टर ने कहा ऑरेंज पी गंजे बंदे दी अज तक नहीं समझ आई जा रहे हो तो लगता आ रहे है किन्नी उम्र हो गई 40 तो उत्ते अजे तक तेनू ए नहीं पता लगा जा रहे कि आ रहे है एक दिन सुता उठे भतीजे
ਕਿਹੜਾ ਸਵਾਲ? ਹਾਂ ਗੰਜੜੇ ਵਾਲ ਨੂੰ ਵਾਲੇ ਕਿਸ਼ਤਾਂ ਤੇ। ਅੱਛਾ ਦੋ ਕਿਸ਼ਤਾਂ ਸ਼ਾਟ ਆਈਆਂ ਉਹ ਪੁੱਟ ਕੇ ਲੈ ਗਏ। ਸੁਣਨ ਦਿਆ ਨਾ ਉਹਦੀ ਗੱਲ, ਕਹਿੰਦਾ ਪੁੱਟ ਕੇ ਲੈ ਗਿਆ ਵਾਲ। ਮੇਰਾ ਉਸਤਾਦ ਹਰ ਤਰ੍ਹਾਂ ਦੀ ਦੇਗ ਪਕਾ ਲੈਂਦੇ। ਅੱਛਾ ਹਾਂ ਕੁਲਾਂ ਦੀ ਰੋਟੀ ਦੇ ਵਿੱਚੋਂ ਵੀ ਟਿੰਡ ਕੱਢ ਲੈਂਦਾ ਆਪਣੀ। ਬੇਟਾ ਤੂੰ ਮਾਸ਼ਾਅੱਲਾ ਬਹੁਤਾ ਨਹੀਂ ਬਹਾਦਰ। ਸ਼ਾਹੀ ਪੈਸੇ? ਕੋਈ ਪੈਸੇ ਨਹੀਂ, ਨਾਲੇ ਤੀਆਂ ਵਾਲਾ ਪੈਸੇ ਨਹੀਂ ਮੰਗੀ। ਓ ਧੀ ਕਹਿ ਰਹੀ ਹੈ ਕਿ ਜਦੋਂ ਤੂੰ ਕੱਲਾ ਹੁੰਦਾ ਕਹਿੰਦਾ ਮੈਂ ਫਸਾਈ। ਮੈਂ ਇਸ ਕੁੱਤੇ ਦੇ ਬੱਚੇ ਦੀ ਐਵੇਂ ਨਹੀਂ ਟਿੰਡ ਹੋਈ, ਇਹ ਆਪਣੀਆਂ ਧੀਆਂ ਡਰਾਮਿਆਂ ਚ ਨਚਾਉਂਦਾ। ਉਤੋਂ ਗੰਜਾ ਉਤੋਂ ਧੀ ਦੀ ਬੁਟੀਕ। ਓਏ ਇੱਕ ਮਿੰਟ, ਫਟਕਰੀ ਦੇ ਪੈਸੇ ਦੇ ਦੀ ਤੀ ਵੇ। ਮਾਂ ਆਪਣੀ ਨੂੰ ਪੁੱਛ ਕੀ ਕੀ ਲੈ ਕੇ ਗਈ ਹੈ। ਅੱਛਾ ਉਹ ਕਿਹੜੇ ਕਰ ਦਿੱਤਾ, ਕੀ ਲਾ ਗਿਆ ਤੂੰ? ਮੇਰੀ ਵੀ ਫਟਕੜੀ ਗਵਾਚੀ ਹੈ ਨਾ। ਮੈਂ ਉਹ ਉਸਤਾਦ ਜੀ ਜਦੋਂ ਮੈਂ ਘਰੋਂ ਉਜ਼ਾਰ ਲਿਆਇਆ ਉਸਤਾਦ ਜੀ ਘਰ ਕੱਢ ਲਈ। ਅੱਛਾ ਭੇਜੀ ਘਰ ਹੁੰਦੀ ਹੈ, ਘਰ ਵੀ ਏਡੀ ਸੇਵਾ ਵੀ ਹੁੰਦੀ ਹੈ। ਅੰਮੀ ਤੇਰੀ ਤੂੰ ਸੁਣਾ। ਮੈਂ ਕਿਹਾ ਚਾਚਾ ਗੰਜਾ ਕਿਵੇਂ ਹੋਇਆ? ਇਹ ਮੂੰਹ 'ਚ ਸਿਗਰਟ ਰੱਖ ਕੇ ਬਲਦੀ ਦੇਖ ਤਾਂ ਤੋਂ ਲਾਣ ਗਿਆ ਹੈ। ਦੋ ਭਰਾ ਆਪ ਚ ਲੜ ਪਈਆਂ, ਫਿਰ ਇਹੀ ਹੋਣਾ। ਤੇਰੀ ਮੈਂ ਮਾਂ ਕੋ ਪੈਸੇ ਲਵੋ ਸਹੀ ਕਹਿ ਗਏ ਜੀ, ਤੇਰੇ ਕੰਨ ਨਾ ਨਾ ਹੋਣ। ਹਾਂਜੀ ਮੇਰੇ ਸਤਾਰ ਨੂੰ ਪਰਪਾ ਕੇ ਤੇ ਚੌਂਕ ਵਿੱਚ ਕੁੜੀਆਂ ਨੇ ਚੱਲਦਾ। ਓਏ ਦੇਖੋ ਪੈਸੇ ਵੀ ਲੈਣੇ, ਓਏ ਯਾਰ ਪੈਸੇ ਪੂਰੇ ਕਰਨੇ। ਓਏ ਤੂੰ ਜਿਹੜਾ ਸਸਤਾ ਜਿਹਾ ਫਰਾਉਣ ਮੈਂ ਕੀ ਕਰੀਏ ਆਪਾਂ? ਵੇਖੋ ਗੱਲਾਂ ਕਰਦਾ ਉਸ ਸਾਹ। ਆਖਣਾ ਨਹੀਂ ਤੂੰ ਮੈਨੂੰ ਕੀ ਕਹਿ ਗਿਆ ਕੁੜੀ ਨੂੰ ਗਿਆ? ਤਮੀਜ਼ ਕਰਿਆ ਕਰੋ ਚੌਂਕ ਵਿੱਚ ਧੀਆਂ ਭੈਣਾਂ ਵਾਲਾ ਚੌਂਕ। ਤੂੰ ਤਮੀਜ਼ ਕਰ ਮੈਨੂੰ। ਇੱਕ ਮਿੰਟ ਭਾ, ਓਏ ਮੇਰੇ ਸਤਾਰ, ਓਏ ਪਾਸੇ ਬੋਲ ਕੀ ਕਰੇਗਾ? ਐਸਾ ਬੰਦਾ ਲਿਆਵਾਂਗਾ ਪਦਵਾ ਦੇਗਾ ਉਹ ਜੀ। ਗੱਲ ਨੀ ਸਮਝੀ ਸਾਹਿਬ। ਜਨਾਬ ਅੰਨਾ ਮੁਥਾ ਜਾ, ਠੀਕ ਹੈ। ਰੱਬ ਦਿੰਦਿਆਂ ਨੂੰ ਦਿੰਦਾ ਹੈ, ਅੱਜ ਅੰਨੇ ਨੂੰ ਦੋਗੇ ਹਾਂਜੀ, ਤੇ ਕੱਲ ਫਿਰ ਅੰਨੇ ਨੂੰ ਦੋਗੇ। ਗਰੀਬ ਆਦਮੀ ਆ ਹਾਂਜੀ, ਅੰਨੇ ਨੂੰ ਦੋਗੇ ਤੇ ਦੁਆਵਾਂ ਹੀ ਲਓਗੇ ਤੇ ਦਵੋ। ਜੇ ਤੁਹਾਡੇ ਹੱਥ ਚ ਦੇ ਦਈਏ ਤੇ ਕਿੱਥੇ ਕ ਜਾ ਕੇ ਲਵੋਗੇ? ਉਹ ਵੀ ਕੰਮ ਕੋਈ ਕਰਦੇ ਨੇ ਜਾਂ ਘਰ ਬਹਿ ਕੇ ਖਾਂਦੇ ਹੀ ਨੇ? ਮੇਰਾ ਛੋਟਾ ਭਰਾ ਇੰਜੀਨੀਅਰ ਜੇ ਸੜਕਾਂ ਬਣਾਉਂਦਾ ਜਨਾਬ। ਹਾਂਜੀ ਉਹ ਬੰਦਾ ਕਹਿੰਦਾ ਨੀ ਕਿਸੇ ਅੰਨੇ ਨੇ ਬਣਾਈ ਹੈ, ਉਹ ਮੇਰੇ ਭਰਾ ਨੇ ਬਣਾਈ ਜੇ।
अच्छा अच्छा हाँ जी दूजा दूसरा मेरा भरा बैंक च हुंदा उथे की करदा ਉਹ ਮਾਸ਼ਾਅੱਲਾ ਜਿਹੜਾ ਬੰਦਾ ਲੋਟਰੀ ਲੈਂਦਾ ਉਹਨੂੰ ਥੁੱਕ ਦਿੰਦਾ ਜੀ ਯਾਰ ਯੋ ਭਾਈ ਤੇ ਉਸ ਤੋਂ ਛੋਟਾ ਕੀ ਕਰਦਾ ਜੀ ਉਹ ਮਾਸ਼ਾਅੱਲਾ ਪਾਇਲਟ ਹੈ ਜਹਾਜ਼ ਚਲਾਉਂਦਾ ਜੀ ਅੰਨਾ ਇੱਕ ਜਹਾਜ਼ ਚਲਾਉਂਦਾ ਓਏ ਉੱਤੇ ਕਿਹੜਾ ਸੜਕਾਂ ਹੁੰਦੀਆਂ ਜਿੱਧਰ ਮਰਜ਼ੀ ਲੈ ਜਾ ਆ ਪੁੱਛੀ ਆ ਤੇ ਉਸ ਤੋਂ ਵੱਡਾ ਉਹ ਸਾਊਦੀਆ ਹੁੰਦਾ ਮਾਸ਼ਾਅੱਲਾ ਉਹ ਕੀ ਕਰਦਾ ਚੁਗਲੀਆਂ ਜੀ ਉਹ ਕੋ ਪੀਟੀ ਹੈ ਇਹਦਾ ਨਹੀਂ भाई जी सड़क ते खलोतिया ते बस नहीं आई सड़क ते खलोतिया ते बस नहीं आई राती तो आड़िया लगया को चस नहीं आई हां भाजी तू ही वाकई जन्ने हो हां जी जनाब अन्ने आ नजर ही नहीं आंदा कुछ ते ताडे ना ओ काम करा जिदे ना अखां बाहर आंदियां ने ਆਲੇ ਬੰਦਾ ਜਿਹਨੂੰ ਬਤਵਾ ਦੇਣੀ ਹੈ ਮੈਨੂੰ ਦਿਓ ਬਤਵਾ ਓਏ ਮੈਂ ਕੀ ਕਿਹਾ ਓਏ ਮੇਰੀ ਹੁੰਦੇ ਮੈਂ ਕਿਹਨੂੰ ਦੱਸਾਂ ਓਏ ਬਸ 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 ਆਓ ਸਾਹਿਬ ਜੀ।